ਸਤਿ ਸ਼੍ਰੀ ਅਕਾਲ ਮੈਂ ਹਾਂ ਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ 7C ਨਿਊਜ਼। ਪਠਾਨਕੋਟ ਸ਼ਹਿਰ ਦੇ ਵਿੱਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਜਿਹੜੀ ਹੈ ਉਹ ਪੂਰੀ ਤਰੀਕੇ ਨਾਲ ਚਰਮਰਾਈ ਹੋਈ ਹੈ। ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਪਰ ਹੁਣ ਸ਼ਹਿਰ ਵਾਸੀ ਸਤਰਕ ਹੋ ਜਾਣ ਕਿਉਂਕਿ ਇਸ ਪੀਣ ਵਾਲੇ ਪਾਣੀ ਦੇ ਵਿੱਚ ਕੀੜੇ ਵੀ ਆ ਰਹੇ ਨੇ ਜਿਹੜੇ ਕਿ ਜ਼ਹਿਰੀਲੇ ਵੀ ਹੋ ਸਕਦੇ ਨੇ ਤੇ ਤੁਹਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਘਾਤਕ ਸਿੱਧ ਹੋ ਸਕਦੇ ਨੇ। ਅਸੀਂ ਖੜੇ ਆ ਪਠਾਨਕੋਟ ਦੀ ਮੀਰਪੁਰ ਕਲੋਨੀ ਦੇ ਵਿੱਚ ਜਿੱਥੇ ਕਿ ਇਥੋਂ ਦੇ ਜਿਹੜੇ ਪੂਰਵ ਐਮਸੀ ਨੇ ਤੇ ਮੌਜੂਦਾ ਉਹਨਾਂ ਦੀ ਵਾਈਫ ਐਮਸੀ ਆ ਉਹਨਾਂ ਦੇ ਆਪਣੇ ਘਰ ਦੇ ਵਿੱਚ ਹੀ ਇੱਕ ਅਜਿਹਾ ਜਿਹੜਾ ਕਿ ਅਸੀਂ ਕਹਿ ਸਕਦੇ ਇੱਕ ਤਰੀਕੇ ਦਾ ਕੋਈ ਇੱਕ ਜੀਵਾਣੂ ਹੈ ਜਿਹੜਾ ਪਾਣੀ ਦੇ ਵਿੱਚੋਂ ਨਿਕਲਿਆ ਆ। ਪੀਣ ਵਾਲੇ ਪਾਣੀ ਜਿਹੜਾ ਕਿ ਵਾਟਰ ਸਪਲਾਈ ਦਾ ਪਾਣੀ ਆਉਂਦਾ ਉਹਦੇ ਵਿੱਚੋਂ ਨਿਕਲਿਆ। ਰਾਜੂ ਮਾਜਨ ਜੀ ਜਿਹੜਾ ਇਹ ਪਾਣੀ ਹੈ ਕਦੋਂ ਤੁਸੀਂ ਪੀਣ ਲੱਗੇ ਸੀ ਤੇ ਜਦੋਂ ਨਿਕਲਿਆ? ਅੱਬਲ ਤਾਂ ਪਾਣੀ ਆਉਂਦਾ ਹੀ ਨਹੀਂ, ਮੋਟਰਾਂ ਹੀ ਖਰਾਬ ਰਹਿੰਦੀਆਂ ਸਾਡੀਆਂ। ਮੈਂ ਤਾਂ ਦੱਸਣਾ ਚਾਹਾਂਗਾ ਵੀ ਸਾਡੇ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਹੈ ਜਾਂ ਸਾਡੇ ਮੇਅਰ ਸਾਹਿਬ ਆ ਜਾਂ ਸਾਡੇ ਡੀਸੀ ਸਾਹਿਬ ਨੇ ਜਾਂ ਸਾਡੇ ਜਿਹੜੇ ਡੀਸੀ ਨੇ ਉਹ ਇਸ ਵੇਲੇ ਕਮਿਸ਼ਨਰ ਵੀ ਹੈਗੇ ਕਾਰਪੋਰੇਸ਼ਨ ਦੇ, ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਅਸੀਂ ਇੱਕ ਐਮਸੀ ਹਾਂ ਕੌਂਸਲਰ ਆ ਵਾਰਡ ਦੇ, ਠੀਕ ਹੈ। ਸਾਡੇ ਘਰਾਂ 'ਚ ਇਹ ਹਾਲ ਆ ਪਾਣੀ ਦਾ, ਮੇਰੇ ਘਰ 'ਚ ਪਾਣੀ ਦੇ ਹਾਲ ਆ ਵੀ ਸਪੋਲੀਆ ਆਇਆ ਦਾ ਪਾਣੀ 'ਚ, ਠੀਕ ਹੈ। ਮੇਰੀ ਜਿਹੜੀ ਵਾਰਡ ਦੀ ਪਬਲਿਕ ਹੈ ਜਾਂ ਜਿਹੜੇ ਪਠਾਨਕੋਟ ਦੇ ਵਾਸੀ ਉਹਨਾਂ ਦੇ ਕੀ ਹਾਲਾਤ ਨੇ? ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਜਿਹੜੇ ਸਾਡੇ ਅਧਿਕਾਰੀ ਨੇ ਉਹਨਾਂ ਨੂੰ ਪਤਾ ਨਹੀਂ ਕੀ ਆ, ਸਾਡੇ ਫੋਨ ਸੁਣ ਕੇ ਰਾਜੀ ਨਹੀਂ, ਸਾਡੇ ਕੰਮ ਕਰ ਕੇ ਰਾਜੀ ਹੈ ਨਹੀਂ। ਮੇਅਰ ਸਾਹਿਬ ਤੁਹਾਨੂੰ ਵਾਰ ਵਾਰ ਕਿਹਾ, ਮੇਅਰ ਸਾਹਿਬ ਤੁਹਾਡੇ ਅੱਗੇ ਬੇਨਤੀ ਹੈ, ਕੋਈ ਹਾਦਸਾ ਕਰਾ ਕੇ ਅਸਤੀਫਾ ਦਿਓਗੇ? ਕਿਸੇ ਦੇ ਮੂੰਹ 'ਚ ਸੱਪ ਚੱਲ ਜਾਏਗਾ ਫਿਰ ਅਸਤੀਫਾ ਦਿਓਗੇ? ਪਬਲਿਕ ਨੇ ਤੁਹਾਡੇ 302 ਦਾ ਪਰਚਾ ਦੇਣਾ। ਮੇਅਰ ਸਾਹਿਬ, ਡੀਸੀ ਸਾਹਿਬ, ਤੁਸੀਂ ਵੀ ਆਪਣੇ ਆਪ ਨੂੰ ਸਮਝੋ, ਆਪਣੇ ਅਧਿਕਾਰ ਨੂੰ ਸਮਝੋ, ਜੋ ਤੁਹਾਡਾ ਫਰਜ਼ ਹੈ। ਲੋਕਾਂ ਦੇ ਘਰਾਂ 'ਚ ਗੰਦੇ ਪਾਣੀ ਆ ਰਿਹਾ, ਤੁਹਾਨੂੰ ਇੰਨੀਆਂ ਕੰਪਲੇਂਟਾਂ ਗਈਆਂ ਵੀ ਕਮਿਸ਼ਨਰ ਕਾਰਪੋਰੇਸ਼ਨ ਦੇ, ਤੁਸੀਂ ਕੀ ਕਰ ਰਹੇ ਹੋ? ਜਿਹੜੇ ਸਰਕਾਰੀ ਅਧਿਕਾਰੀ ਆ ਇਹ ਕੋਈ ਨਹੀਂ ਜੇ ਕੰਮ ਕਰਕੇ ਰਾਜੀ, ਕੋਈ ਕੰਮ ਕਰਕੇ ਰਾਜੀ ਨਹੀਂ। ਜੇ ਜਿਹਨੂੰ ਮਰਜ਼ੀ ਫੋਨ ਕਰੋ ਉਹ ਟਾਰਮ ਟੋਲ ਕਰ ਦਿੰਦਾ। ਇੱਕ ਮੈਂ ਖੁਦ ਕੌਂਸਲਰ ਹੋਣ ਦੇ ਨਾਤੇ ਕਹਿ ਰਿਹਾ ਵੀ ਸਾਡੀ ਪੋਜੀਸ਼ਨ ਇਹ ਹੈ, ਆਮ ਪਬਲਿਕ ਦੀ ਕੀ ਪੋਜੀਸ਼ਨ ਹੈ? ਆਮ ਲੋਕਾਂ ਦੇ ਘਰਾਂ 'ਚ ਡੇਲੀ ਗੰਦਾ ਪਾਣੀ ਆ ਰਿਹਾ। ਮੇਰੇ ਸੈਨਗੜ੍ਹ ਦੇ ਵਿੱਚ ਰਾਮਨਗਰ ਸੈਨਗੜ੍ਹ ਮਲਾ ਅੱਜ ਤੋਂ 3 ਮਹੀਨੇ ਦਾ ਪਾਣੀ ਬੰਦ ਹੈ, ਜ਼ਿਲ੍ਹੇ ਆਉਂਦਾ ਗੰਦਾ ਪਾਣੀ ਆਉਂਦਾ, ਸੀਵਰੇਜ ਦਾ ਪਾਣੀ ਨਾਲ ਆਉਂਦਾ। ਵਾਰ ਵਾਰ ਅਸੀਂ ਕੰਪਲੇਨ ਕਰ ਰਹੇ ਹਾਂ ਉਹਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ, ਕਿਉਂ? ਇਹ ਵਾਰਡ ਦੇ ਵਿੱਚ ਬੀਜੇਪੀ ਦਾ ਐਮਸੀ ਤਾਂ ਕਰਕੇ ਇਹ ਪਕਸ਼ਪਾਤ ਦੀ ਰਾਜਨੀਤੀ ਹੋ ਰਹੀ ਹੈ। ਡੀਸੀ ਸਾਹਿਬ ਤੁਹਾਨੂੰ ਵੀ ਬੜੇ ਵਾਰੀ ਕਹਿ ਚੁੱਕੇ ਆਪਾਂ, ਕੋਈ ਕਾਰਵਾਈ ਨਹੀਂ ਹੋ ਰਹੀ। ਡੀਸੀ ਸਾਹਿਬ ਸਾਡੀ ਤਾਂ ਸਮਝ ਤੋਂ ਬਾਹਰ ਹੈ, ਪਰ ਡੀਸੀ ਸ਼ਹਿਰ ਦਾ ਮਾਲਕ ਹੁੰਦਾ। ਡੀਸੀ ਸਾਹਿਬ, ਤੁਸੀਂ ਕਮਿਸ਼ਨਰ ਹੋਣ ਦੇ ਬਾਵਜੂਦ ਵੀ ਤੁਸੀਂ ਕੋਈ ਕਾਰਵਾਈ ਨਹੀਂ ਕਰਾਉਂਦੇ, ਸਾਡੀ ਸਮਝ ਤੋਂ ਬਾਹਰ ਤੁਸੀਂ ਡੀਸੀ ਹੁੰਦੇ ਕਮਿਸ਼ਨਰ ਹੁੰਦੇ ਨਾਤੇ ਕਿਉਂ ਨਹੀਂ ਕਾਰਵਾਈ ਕਰਾ ਰਹੇ? ਦੇਖੋ, ਤੁਸੀਂ ਤਾਂ ਸਰਕਾਰੀ ਹੋ, ਤੁਸੀਂ ਸਰਕਾਰ ਹੋ, ਤੁਸੀਂ ਨੁਮਾਇੰਦੇ ਹੋ ਪਬਲਿਕ ਦੇ, ਤੁਸੀਂ ਕਿਉਂ ਨਹੀਂ ਕਾਰਵਾਈ ਕਰਾ ਰਹੇ? ਬੜੀ ਅਫਸੋਸ ਦੀ ਗੱਲ ਹੈ, ਤੀਜੀ ਚੌਥੀ ਵਾਰੀ ਅੱਜ ਤੁਹਾਨੂੰ ਕਹਿਣਾ ਪੈ ਰਿਹਾ ਵੀ ਡੀਸੀ ਸਾਹਿਬ ਸਾਰੇ ਲੋਕਾਂ ਦੇ ਘਰ ਗੰਦਾ ਪਾਣੀ ਆ ਰਿਹਾ, ਕੁਛ ਨਾ ਕੁਛ ਕਰੋ। ਜਿਹੜਾ ਇਹ ਸਪੋਲੀਆ ਜਾਂ ਕੋਈ ਜੀਵਾਣੂ ਹੈ, ਕਿਵੇਂ ਕੀ ਗੱਲਬਾਤ ਹੋਈ ਸਵੇਰੇ, ਕੀ ਵਾਰਦਾਤ ਹੋਈ ਸਾਰੀ? ਇਹ ਸਵੇਰੇ ਉੱਠ ਕੇ ਆਪਾਂ ਪਹਿਲੇ ਪਾਣੀ ਪੀਦਾ, ਉਸਾ ਕਰਕੇ ਮੈਂ ਪਾਣੀ ਗਰਮ ਕਰਨ ਲੱਗਿਆ ਬਾਈ ਮੇਰੀ, ਇਸ ਸਪੋਲੀਆ ਨਿਕਲਿਆ ਵਿੱਚੋਂ ਜਿੰਦਾ ਸਪੋਲੀਆ। ਇਹ ਅੱਜ ਦੀ ਗੱਲ ਨਹੀਂ ਹੈਗੀ, ਅੱਜ ਤੋਂ ਥੋੜ੍ਹੇ ਦਿਨ ਪਹਿਲੇ ਵੀ ਮੇਰੇ ਵਾਰਡ ਦੇ ਵਿੱਚ ਸਪੋਲੀਆ ਨਿਕਲਿਆ ਪਾਣੀ ਵਿੱਚੋਂ। ਫਿਰ ਵੀ ਆਪਾਂ ਬ੍ਰਾਹਮਣ ਨੂੰ ਸਾਰਿਆਂ ਨੂੰ ਫੋਨ ਕੀਤੇ ਆ, ਹਾਂਜੀ ਠੀਕ ਹੈ ਜੀ, ਪਾਈਪਾਂ ਖਰਾਬ ਆ ਜੀ, ਪਾਈਪਾਂ ਨਵੀਆਂ ਪੈ ਨਹੀਂ ਗਈਆਂ ਜੀ, ਇਹ ਹੋ ਜਾਏ, ਕੋਈ ਕਾਰਵਾਈ ਨਹੀਂ, ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਪੈਸੇ ਆ ਨਹੀਂ, ਜਾਂ ਪਠਾਨਕੋਟ ਦੀ ਪਬਲਿਕ ਟੈਕਸ ਨਹੀਂ ਦਿੰਦੀ, ਜਾਂ ਡੀਸੀ ਸਾਹਿਬ ਕਿਸੇ ਗੱਲ ਤੋਂ ਤੁਸੀਂ ਕਮਜ਼ੋਰ ਹੋ, ਸਾਨੂੰ ਦੱਸਿਆ ਜਾਏ ਕਿਹੜੀ ਗੱਲੋਂ ਤੁਸੀਂ ਕਮਜ਼ੋਰ ਹੋ, ਤੁਹਾਡੇ ਕੋਲ ਕਿਉਂ ਨਹੀਂ ਕਾਰਵਾਈ ਹੁੰਦੀ? ਤੁਸੀਂ ਕਿਉਂ ਨਹੀਂ ਅਫਸਰਾਂ ਨੂੰ ਖਿੱਚਦੇ? ਤੁਸੀਂ ਮੈਨੂੰ ਤਾਂ ਡੀਸੀ ਸਾਹਿਬ ਦੇ ਵੀ ਲੱਗਣ ਡਿਆ ਵੀ ਡੀਸੀ ਸਾਹਿਬ ਵਾਰ ਵਾਰ ਕਹਿਣ ਦੇ ਬਾਵਜੂਦ ਤੁਹਾਡੇ ਕਹਿਣ ਦੇ ਵੀ ਕੰਮ ਨਹੀਂ ਹੁੰਦੇ, ਕੁਛ ਦਾ ਅਜਕਾਲਾ ਲੱਗਦਾ ਮੈਨੂੰ ਮੇਅਰ ਸਾਹਿਬ, ਕਿਉਂਕਿ ਮੇਅਰ ਸਾਹਿਬ ਨੂੰ ਤੁਸੀਂ ਆਰਡਰ ਕਰਦੇ ਹੋ, ਤੁਸੀਂ ਅਧਿਕਾਰੀ ਨੂੰ ਆਰਡਰ ਕਰਦੇ ਕੰਮ ਨਹੀਂ ਹੁੰਦੇ। ਡੀਸੀ ਸਾਹਿਬ ਤੁਹਾਡੇ ਅੱਗੇ ਮੰਗ ਹੈ, ਜਿਹੜੇ ਕਮਿਸ਼ਨਰ ਹੁੰਦਾ ਕਮਿਸ਼ਨਰ ਲਈ ਪਬਲਿਕ ਸਾਰੀ ਸਾਂਝੀ ਹੁੰਦੀ ਹੈ, ਉਹ ਲਈ ਕੋਈ ਪਾਰਟੀਬਾਜ਼ੀ ਨਹੀਂ ਹੁੰਦੀ। ਕਮਿਸ਼ਨਰ ਸਾਹਿਬ ਕੰਮ ਕਰਾਓ, ਕੰਮ ਕਰਾਓ, ਆਉਂਦਾ ਇਸ ਤੋਂ ਬਾਅਦ ਸਾਨੂੰ ਤੁਹਾਡੇ ਵਿਰੁੱਧ ਵੀ ਧਰਨਾ ਦੇਣ ਲਈ ਮਜਬੂਰ ਹੋਣਾ ਪਵੇ ਤੁਹਾਡੇ ਦਫ਼ਤਰ, ਸਾਡੀ ਮੰਗ ਹੈ। ਜੇ ਲਾ ਤੇ ਐਮਸੀ ਦੇ ਘਰ ਦੇ ਆਮ ਪਬਲਿਕ ਕੀ ਲਾ ਤਾ ਕੁਛ ਸਮਝੋ। ਡੀਸੀ ਸਾਹਿਬ ਤੁਸੀਂ ਇਹ ਪਾਣੀ ਪੀ ਕੇ ਦੱਸ ਦਿਓ, ਤੁਸੀਂ ਪੀਓਗੇ ਪਾਣੀ? ਸੋ ਬਹੁਤ ਵੱਡੀ ਗੱਲ ਹੈ, ਹਾਲਾਂਕਿ ਇਹ ਛੋਟਾ ਜਿਹਾ ਸਪੋਲੀ ਹੈ ਜਿਹੜਾ ਕਿ ਪਾਣੀ ਦੇ ਵਿੱਚੋਂ ਨਿਕਲਿਆ, ਦੇਖਣ ਨੂੰ ਹਜੇ ਵੀ ਜਿਹੜਾ ਕਿ ਬਿਲਕੁਲ ਜਿੰਦਾ ਆ। ਜੇਕਰ ਗਲਤੀ ਨਾਲ ਕੋਈ ਇਸ ਨੂੰ ਪੀ ਲਵੇ ਆਪਣੇ ਅੰਦਰ ਜੇ ਚਲਾ ਜਾਏ ਤਾਂ ਘਾਤਕ ਜਿਹੜੀ ਕਿ ਬਿਮਾਰੀਆਂ ਵੀ ਹੋ ਸਕਦੀਆਂ ਨੇ। ਸੋ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਪਠਾਨਕੋਟ ਨਗਰ ਨਿਗਮ ਦੇ ਉੱਤੇ, ਕਿਉਂਕਿ ਵੱਡੇ ਵੱਡੇ ਦਾਅਵੇ ਵਾਅਦੇ ਕੀਤੇ ਜਾਂਦੇ ਨੇ ਲੋਕਾਂ ਦੇ ਨਾਲ ਕਿ ਘਰਾਂ ਤੱਕ ਸਾਫ਼ ਪਾਣੀ ਜਿਹੜਾ ਪਹੁੰਚਾਇਆ ਜਾ ਰਿਹਾ, ਸੀਵਰੇਜ ਦੀ ਵਿਵਸਥਾ ਠੀਕ ਕੀਤੀ ਜਾ ਰਹੀ ਆ, ਉੱਥੇ ਹੀ ਉਲਟ ਆਮ ਲੋਕਾਂ ਦੇ ਘਰਾਂ ਦਾ ਕੀ ਮੌਜੂਦਾ ਜਿਹੜੇ ਐਮਸੀ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਅਜਿਹਾ ਜਿਹੜੇ ਕਿ ਜੀਵਾਣੂ ਹੈ ਜਿਹੇ ਸਪੋਲੀਏ ਨਿਕਲ ਰਹੇ ਨੇ, ਅਤੇ ਜੇਕਰ ਗਲਤੀ ਨਾਲ ਇਹ ਸਰੀਰ ਦੇ ਅੰਦਰ ਚਲੇ ਜਾਣ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨਾ ਜ਼ਿਆਦਾ ਨੁਕਸਾਨ ਇਹ ਕਰ ਸਕਦੇ ਨੇ।
इन्हों का कहना कि कई बार जो कि अधिकारियों भी सूचित किया गया कि इतने पानी गंदा आ रहा एरिए व्यवस्था ठीक किया जाए, पर जोड़ा कि अधिकारी ने वह भी कन्नी कतराते हैं, एक कान तो सुनते हैं तो दूजे कान थानी कट देंगे ने, पर कोई भी कार्रवाई नहीं होंगी, जिद चलद काफ़ी ज़्यादा रोष जोड़ा कि देखने को मिल रहा। तो हूँ आने वाले समय के देखना होगा कि कदों तक अधिकारी हरकत के आते हैं, तो जी समस्या है जोड़े कि एम सिया के घर तक पहुँची हुई है तो आम लोगों का की हाल होगा, यह सोचने वाली गल है। सो सवालिया निशान खड़ा होंगे है कमिश्नर साहब के उत्ते, मेयर साहब के उत्ते, तो अधिकारियों के उत्ते जिन्हों की जिम्मेवारी बनती है कि शहर में घट्टो घट पीने वाला जो पानी है वह साफ मुहैया करवाया जाए। हूँ यह देखना होगा कि कदों तक यह पानी साफ होंगे है तो लोगों को इस कीटाणुआ तो इस जीवाणुआ तो राहत मिलती है।